ਹਾਂਜੀ ਬੇਟਾ, ਆਪਾਂ ਬੇਬੇ ਜੀ ਵਾਰਤਕ ਲੇਖ ਦੇ ਕੁਐਸਚਨਸ ਕਰ ਰਹੇ ਸੀ। ਫੋਰਥ ਕੁਐਸਚਨ ਹੋ ਗਏ ਸੀ ਆਪਣੇ, ਵੱਡੇ ਕੁਐਸਚਨ ਕਰ ਰਹੇ ਸੀ ਬੇਟਾ ਆਪਾਂ। ਅੱਜ ਆਪਾਂ ਫਿਫਥ ਕੁਐਸਚਨ ਤੋਂ ਸਟਾਰਟ ਕਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਵਿਸਮਿਕ। ਠੀਕ ਹੈ, ਵਿਸਮਿਕ ਤੇ ਕਿਸਮਾਂ। ਫੋਰਥ ਕੁਐਸਚਨ ਸੀ ਬੇਟਾ, ਰਿਪੀਟ ਕਰ ਦਿੰਦੇ ਹਾਂ। ਫੋਰਥ ਕੁਐਸਚਨ, ਦੁਸਹਿਰੇ ਤੋਂ ਪਹਿਲਾਂ ਘਰ ਦੀ ਲੀਪਾ ਪੋਚੀ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ। ਕੁਐਸਚਨ ਕਰਵਾਇਆ ਸੀ ਨਾ ਵੀ ਦੁਸਹਿਰੇ ਤੋਂ ਪਹਿਲਾਂ ਕਿਸ ਤਰ੍ਹਾਂ ਘਰ ਦੀ ਸਾਫ ਸਫਾਈ ਕੀਤੀ ਜਾਂਦੀ ਸੀ। ਦੁਸਹਿਰੇ ਤੋਂ ਪਹਿਲਾਂ ਬੇਟੇ ਕੱਚੇ ਘਰ, ਕਿਉਂਕਿ ਉਸ ਟਾਈਮ ਘਰ ਕੀ ਹੁੰਦੇ ਸੀ, ਕੱਚੇ ਹੁੰਦੇ ਸੀ, ਪੱਕੇ ਘਰ ਨਹੀਂ ਹੁੰਦੇ ਸੀ। ਕਿ ਦੁਸਹਿਰੇ ਤੋਂ ਪਹਿਲਾਂ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਲੀਪਾ ਪੂਚੀ ਕੀਤੀ ਜਾਂਦੀ ਸੀ ਤੇ ਕਿਹੜਾ ਪਰੋਲਾ ਫੇਰਿਆ ਜਾਂਦਾ ਸੀ। ਐਨੀ ਵਨ ਸਟੂਡੈਂਟ, ਪਰੋਲਾ ਕਿਹਦਾ ਫੇਰਿਆ ਜਾਂਦਾ ਸੀ, ਕਿਸ ਚੀਜ਼ ਦਾ। ਵਨ ਮਾਰਕਸ ਕੁਐਸਚਨ ਪਾਂਡੂ ਦਾ। ਪੁੱਛਿਆ ਨਾ, ਹਾਂ ਪਾਂਡੂ ਦਾ। ਪਾਂਡੂ ਦਾ ਯੈਸ ਯੈਸ, ਵੈਰੀ ਗੁੱਡ। ਤੇ ਪਾਂਡੂ ਦਾ ਜਿਹੜਾ ਕੀ ਇਹ ਪਰੋਲਾ ਫੇਰਿਆ ਜਾਂਦਾ ਸੀ ਕਦੋਂ, ਦੁਸਹਿਰੇ ਤੋਂ ਪਹਿਲਾਂ। ਤੇ ਸਾਰੇ ਕੰਮ ਕੀ ਸਾਰੇ ਮਿਲ ਜੁਲ ਕੇ ਕਰਦੇ ਸਨ ਕਿ ਨਹੀਂ ਬੇਟਾ, ਕਿ ਸਿਰਫ ਲੇਖਕ ਹੀ ਕਰਦਾ ਸੀ ਇਹ ਜਿਹੜਾ ਸਾਰਾ ਕੰਮ ਸੀ। ਐਨੀ ਵਨ ਸਟੂਡੈਂਟ ਰੇਜ਼ ਯੋਰ ਹੈਂਡ। ਇਹ ਜਿਹੜਾ ਕੰਮ ਸੀ, ਲੀਪਾ ਪੋਚੀ ਦਾ ਕੰਮ ਸੀ, ਇਹ ਸਾਰੇ ਕੰਮ ਮਿਲ ਕੇ ਕਰਦੇ ਸਨ ਕਿ ਬੇਟਾ ਸਿਰਫ ਤੇ ਸਿਰਫ ਲੇਖਕ ਹੀ ਕਰਦਾ ਸੀ। ਯੇ ਸਾਹਿਲ ਬੇਟਾ, ਸਾਹਿਲ ਸਾਹਿਲ ਅਨਮਿਊਟ ਯੋਰ ਸੈਲਫ। ਘਰ ਵਿੱਚ ਕੱਚੇ ਘਰ ਵਿੱਚ ਲੀਪੇ ਤੇ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਤੇ ਇਹ ਸਾਰਾ ਕੰਮ ਰਲ ਮਿਲ ਕੇ ਕੀਤਾ ਜਾਂਦਾ ਸੀ। ਤੇ ਅਸੀਂ ਤੇ ਇਸ ਤੋਂ ਇਲਾਵਾ ਕੰਧਾਂ ਦੇ ਉੱਪਰ ਪਾਂਡੂ ਦਾ ਪਰੋਲਾ ਫੇਰਿਆ ਜਾਂਦਾ ਸੀ ਤੇ ਫਰਸ਼ ਨੂੰ ਗਾਰੇ ਨਾਲ ਲਿਪਾਇਆ ਜਾਂਦਾ ਸੀ। ਤੇ ਇਸ ਤੋਂ ਇਲਾਵਾ ਕਈ ਚੀਜ਼ਾਂ ਤੇ ਵਸਤਾ ਪਰੇ ਪਰੇ ਕੀਤੀ ਜਾਂਦੀ ਸੀ। ਲਿਪਾ ਪੋਚੀ ਦਾ ਕੰਮ ਜਦੋਂ ਖਤਮ ਹੋ ਜਾਂਦਾ ਸੀ ਤਾਂ ਦੀਵਾਰਾਂ ਨੂੰ ਸਾਫ਼ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਤਸਵੀਰਾਂ ਟੰਗੀਆਂ ਜਾਂਦੀ ਸਨ। ਦੀਵਾਰਾਂ ਨੂੰ ਸਾਫ਼ ਕੀਤਾ ਜਾਂਦਾ ਸੀ ਤੇ ਸਾਰੇ ਕੰਮ ਕੀ ਕਰਦੇ ਸਨ, ਰਲ ਮਿਲ ਕੇ ਕਰਦੇ ਸਨ। ਤੇ ਉਹਦੇ ਪਿਤਾ ਜੀ ਕੀ ਲਿਆਉਂਦੇ ਸਨ, ਦੀਵਾਰਾਂ ਤੇ ਟੰਗਣ ਲਈ ਤਸਵੀਰਾਂ ਲਿਆਉਂਦੇ ਸਨ। ਓਕੇ, ਕਲੀਅਰ ਹੈ ਬੇਟਾ? ਸਾਹਿਲ ਪਤਾ ਚੱਲ ਗਿਆ ਕੁਐਸਚਨ ਦਾ ਆਨਸਰ? ਸਾਹਿਲ, ਸਾਹਿਲ ਰੇਜ਼ ਯੋਰ ਹੈਂਡ। ਹਾਂ ਸਾਹਿਲ, ਅਨਮਿਊਟ ਯੋਰ ਸੈਲਫ ਬੇਟਾ। ਸਾਹਿਲ ਯੈਸ, ਦਿਵਿਆਂਸ਼ੀ, ਦਿਵਿਆਂਸ਼ੀ ਬੇਟਾ। ਮੈਮ ਫਰਸ਼ ਨੂੰ ਗਾੜੇ ਨਾਲ ਸਾਫ਼ ਕੀਤਾ ਜਾਂਦਾ ਸੀ, ਲਿਪਿਆ ਜਾਂਦਾ ਸੀ, ਲਿਪਿਆ ਜਾਂਦਾ ਸੀ, ਸਾਫ਼ ਨਹੀਂ ਲਿਪਿਆ ਜਾਂਦਾ ਸੀ। ਠੀਕ ਹੈ, ਗਾਰੇ ਨਾਲ ਲਿਪਿਆ ਜਾਂਦਾ ਸੀ, ਪਾਂਡੂ ਦਾ ਪਰੋਲਾ ਫੇਰਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਦੀਵਾਰਾਂ ਸਾਫ਼ ਕੀਤੀਆਂ ਜਾਂਦੀਆਂ ਸਨ। ਇਹ ਸਾਰਾ ਦਾ ਸਾਰਾ ਕੰਮ ਸਾਰੇ ਮਿਲ ਕੇ ਕਰਦੇ ਸਨ ਤੇ ਉਸ ਤੋਂ ਬਾਅਦ ਉਹਦੇ ਪਿਤਾ ਜੀ ਦੀਵਾਰ ਤੇ ਟੰਗਣ ਲਈ ਤਸਵੀਰਾਂ ਲੈ ਕੇ ਆਉਂਦੇ ਸਨ। ਵੈਰੀ ਗੁੱਡ ਬੇਟਾ, ਨੈਕਸਟ ਕੁਐਸਚਨ, ਫਿਫਥ ਕੁਐਸਚਨ। ਔਖਾ ਕੰਮ ਨਪੇੜੇ ਚਾੜਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਸੀ ਜਦੋਂ ਉਹਦੇ ਪੁੱਤਰ ਡਰ ਜਾਂਦੇ ਕਿ ਨਹੀਂ ਨਹੀਂ ਇਹ ਤਾਂ ਕੰਮ ਬੜਾ ਹੀ ਔਖਾ ਹੈ, ਅਸੀਂ ਇਹ ਕੰਮ ਨਹੀਂ ਕਰ ਸਕਦੇ। ਤਾਂ ਬੇਬੇ ਬੇਟਾ ਉਹਨਾਂ ਨੂੰ, ਆਪਣੇ ਪੁੱਤਰਾਂ ਨੂੰ ਕਿਵੇਂ ਹੌਸਲਾ ਦਿੰਦੀ ਸੀ। ਯੈਸ, ਜਿਵੇਂ ਮਾਂ, ਆਪਾਂ ਕੋਈ ਵੀ ਕੰਮ ਹੁੰਦਾ ਵੀ ਅਸੀਂ ਨਹੀਂ ਨਹੀਂ ਕਹਿੰਦੇ ਕਈ ਵਾਰ, ਮੰਮਾ ਸਾਡੇ ਕੋਈ ਕੰਮ ਨਹੀਂ ਹੋਣਾ, ਇਹ ਕੰਮ ਔਖਾ ਹੈ। ਹੁਣ ਮਦਰ ਜਾਂ ਟੀਚਰ ਹੌਸਲਾ ਦਿੰਦੇ ਆ ਨਾ, ਮੋਟੀਵੇਟ ਕਰਦੇ ਕਿ ਨਹੀਂ ਨਹੀਂ ਕੋਈ ਵੀ ਕੰਮ ਔਖਾ ਨਹੀਂ ਹੈ ਜੇ ਅਸੀਂ ਮਿਹਨਤ ਨਾ ਕਰੀਏ, ਲਗਨ ਨਾਲ ਕਰੀਏ। ਹਾਂ ਜਿਵੇਂ ਜਵਾਨੀ ਦੀ ਉਮਰ ਦੇ ਵਿੱਚ ਸਾਡੇ ਵਿੱਚ ਤਾਂ ਹੋਰ ਵੀ ਜਿਹੜਾ ਜੋਸ਼ ਹੁੰਦਾ ਬੇਟਾ, ਅਸੀਂ ਹੋਰ ਵੀ ਭੱਜ ਦੌੜ ਕੇ ਕੰਮ ਕਰ ਸਕਦੇ ਹਾਂ, ਈਜ਼ਲੀ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਉਹਨੇ ਖੂਹ ਦੀ ਉਦਾਹਰਣ ਦਿੱਤੀ ਹੈ, ਜੇ ਸਾਨੂੰ ਪਿਆਸ ਲੱਗੀ ਹੋਵੇ, ਠੀਕ ਹੈ, ਜੇ ਪਾਣੀ ਨਹੀਂ ਵੀ ਮਿਲ ਰਿਹਾ ਤੇ ਖੂਹ ਪੁੱਟੋ ਤੇ ਪਾਣੀ ਪੀਓ, ਦਿੱਤੀਆਂ ਨਾ। ਯੈਸ ਅਪਰਨ ਬੇਟਾ, ਅਪਰਨ ਯੈਸ ਮੈਮ, ਯੈਸ ਜਦੋਂ ਵੀ ਲੇਖਕ ਕੋਈ ਕੰਮ ਕਰਨ ਪਹਿਲਾਂ ਘਬਰਾ ਜਾਂਦਾ ਸੀ ਤੇ ਉਸਨੂੰ ਕੋਈ ਵੀ ਕੰਮ ਜੋਖਿਮ ਭਰਿਆ ਲੱਗਦਾ ਸੀ ਤਾਂ ਬੇਬੇ ਨਾਲ ਇਸ ਬਾਰੇ ਗੱਲ ਕਰਦਾ ਸੀ ਤਾਂ ਬੇਬੇ ਉਸਨੂੰ ਸਮਝਾਉਂਦੀ ਸੀ ਕਿ ਜਦੋਂ ਮੱਖੀਆਂ ਡੰਗ ਮਾਰਦੀਆਂ ਹਨ ਤਾਂ ਆਦਮੀ ਮਖਿਆਲ ਖਾਣਾ ਛੱਡ ਦਿੰਦਾ ਹੈ, ਜਾਂ ਦੁਲਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਅਸੀਂ ਹਟ ਜਾਂਦੇ ਹਾਂ। ਇਹ ਕਹਿ ਕੇ ਉਹ ਉਹਨਾਂ ਨੂੰ ਸਮਝਾਉਂਦੀ ਸੀ ਕਿ ਜਵਾਨੀ ਵੇਲੇ ਸਾਨੂੰ ਇੰਨੇ ਛੋਟੇ ਛੋਟੇ ਖਤਰਿਆਂ ਤੋਂ ਨਹੀਂ ਘਬਰਾ ਜਾਣਾ ਚਾਹੀਦਾ,
ਰੱਬ ਸਾਡੇ ਅੰਗ ਸੰਗ ਹੈ ਤੇ ਕੋਈ ਵੀ ਕੰਮ ਔਖਾ ਨਹੀਂ ਹੈ ਜੇ ਰੱਬ ਦਾ ਸਾਥ ਸਾਡੇ ਨਾਲ ਹੈ, ਇਸ ਲਈ ਸਾਨੂੰ ਭਰੋਸਾ ਰੱਖ ਕੇ ਹਰ ਕੰਮ ਮਿਹਨਤ ਤੇ ਲਗਨ ਨਾਲ ਕਰਨਾ ਚਾਹੀਦਾ ਹੈ। ਵੈਰੀ ਗੁੱਡ ਬੇਟਾ, ਸੇਮ ਕੁਸ਼ਚਨ ਅਦਿਤਿਆ। ਹਾਂਜੀ ਅਦਿਤਿਆ ਬੇਟਾ, ਜਦੋ ਕੋਈ ਲੇਖਕ ਨੂੰ ਕੋਈ ਕੰਮ ਔਖਾ ਲੱਗਦਾ ਸੀ, ਉਹਦਾ ਜਿਹੜਾ ਕਹਿੰਦਾ ਸੀ ਕੰਮ ਬੜਾ ਔਖਾ ਮੈਂ ਨਹੀਂ ਕਰ ਸਕਦਾ, ਕਿਸ ਬੇਬੀ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦੀ ਸੀ? ਔਖਾ ਕੰਮ ਨਿਬੇੜਨ, ਔਖਾ ਕੰਮ ਨਪੇਰੇ ਚਾੜਨ ਲਈ, ਭਾਵ ਕਿ ਕੰਪਲੀਟ ਕਰਨ ਲਈ, ਮੇਰੇ ਮਤਲਬ ਕੰਪਲੀਟ ਕਰਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ? ਯੈਸ ਦਿੱਤੇ ਮੈਮ, ਬੇਬੇ ਉਸ ਜਦੋਂ ਵੀ ਲੇਖਕ ਨੂੰ ਕੋਈ ਕੰਮ ਔਖਾ ਲੱਗਦਾ ਤਾਂ ਬੇਬੇ ਉਸਨੂੰ ਸਮਝਾਉਂਦੀ ਸੀ ਕਿ ਦੁਨੀਆਂ ਵਿੱਚ ਕੋਈ ਕੰਮ ਔਖਾ ਨਹੀਂ ਹੁੰਦਾ, ਔਰ ਉਸਨੂੰ ਮੈਮ ਇਹੀ ਕਹਿਤੀ ਸੀ। ਸੁਣੋ ਬੇਟਾ ਇੱਕ ਵਾਰ, ਜਸਲੀਨ। Yes, Jasleen. ਲੇਖਕ ਨੂੰ ਜਦੋਂ ਵੀ ਕੋਈ ਵੀ ਕੰਮ ਔਖਾ ਲੱਗਦਾ ਤੇ ਉਹ ਉਸ ਬਾਰੇ ਆਪਣੀ ਬੇਬੇ ਨਾਲ ਗੱਲ ਕਰਦਾ ਤੇ ਉਸਦੀ ਆਉਂਦਿਆ ਹੋਇਆ ਇਹ ਕਹਿੰਦੀ ਕਿ ਜੇ ਡੁਲਤੇ ਮਾਰਨ ਵਾਲੀਆਂ ਗਾਵਾਂ ਦਾ ਦੁੱਧ ਅਸੀਂ ਚੋਣੋਂ ਨਹੀਂ ਹਟਦੇ ਤੇ ਜੇਕਰ ਸਾਨੂੰ ਪਿਆਸ ਲੱਗੀ ਹੈ ਤੇ ਅਸੀਂ ਪਰ ਪਾਣੀ ਦਾ ਖੂਹ ਪੁੱਟ ਕੇ ਹੀ ਅਸੀਂ ਪਾਣੀ ਪੀ ਸਕਦੇ ਹਾਂ, ਜੇਕਰ ਰੱਬ ਸਾਡਾ ਸਾਥ ਦੇਵੇ ਤਾਂ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਤੇ ਕੰਮ ਦੁਨੀਆਂ ਵਿੱਚ ਔਖਾ ਨਹੀਂ ਹੁੰਦਾ। ਠੀਕ ਹੈ, ਵੈਰੀ ਗੁੱਡ। ਠੀਕ ਹੈ, ਦੁਬਾਰਾ ਸੁਣ ਲਓ ਇੱਕ ਵਾਰੀ, ਲੇਖਕ ਦੀ ਮਾਂ ਨੂੰ ਕਿਵੇਂ ਸਮਝਾਉਂਦੀ ਸੀ ਜਦੋਂ ਕੰਮ ਕੰਪਲੀਟ ਕਰਨਗੇ ਕੋਈ ਔਖਾ ਕੰਮ? ਜਿਸ ਤਰ੍ਹਾਂ ਬੇਟਾ ਸਾਡੀ ਸਾਰਿਆਂ ਦੀ ਮਦਰ ਕਹਿੰਦੀ ਵੀ ਕੋਈ ਵੀ ਕੰਮ ਜਿਹੜਾ ਕਿ ਔਖਾ ਨਹੀਂ ਹੁੰਦਾ, ਠੀਕ ਹੈ, ਹਰ ਕੰਮ ਜਿਹੜਾ ਕਿ ਕਰਨ ਲੱਗਿਆ ਟਾਈਮ ਲੱਗਦਾ ਹੈ, ਜੇ ਅਸੀਂ ਕੋਈ ਵੀ ਕੰਮ ਮਿਹਨਤ ਨਾ ਕਰਾਂਗੇ ਲਗਨ ਨਾ ਕਰਾਂਗੇ ਤੇ ਉਹ ਕੰਮ ਮੁਸ਼ਕਲ ਨਹੀਂ ਹੋਏਗਾ। ਇਹ ਤੁਸੀਂ ਜਨਰਲ ਪੁਆਇੰਟ ਲਿਖ ਸਕਦੇ ਹੋ। ਠੀਕ ਹੈ, ਲੇਖਕ ਦੀ ਬੇਬੇ ਲੇਖਕ ਨੂੰ ਇਹ ਸਮਝਾਉਂਦੀ ਜਦੋਂ ਲੇਖਕ ਨੂੰ ਡਰ ਲੱਗਦਾ ਕਿ ਕੋਈ ਵੀ ਕੰਮ ਕਰਨ ਲੱਗਿਆ ਡਰਨਾ ਨਹੀਂ ਹੈ, ਮਿਹਨਤ ਕਰਨੀ ਹੈ। ਸੈਕਿੰਡ ਥਿੰਗ, ਉਹਨੇ ਕਿਹੜੀ ਕਿਹੜੀ ਐਗਜ਼ਾਮਪਲ ਦਿੱਤੀਆਂ ਸੀ, ਉਹਨੇ ਸੈਕਿੰਡ ਕਿਹੜੀ ਐਗਜ਼ਾਮਪਲ ਦਿੱਤੀ, ਉਹਨੇ ਕਿਹਾ ਜੇ ਮੱਖੀਆਂ, ਠੀਕ ਹੈ, ਮੱਖੀਆਂ ਦੇ ਡਰ ਤੋਂ, ਮੱਖੀਆਂ ਦੇ ਡੰਗ ਮਾਰਨ ਦੇ ਡਰ ਤੋਂ, ਠੀਕ ਹੈ, ਡੰਗ ਮਾਰਨ ਦੇ ਡਰ ਤੋਂ, ਠੀਕ ਹੈ, ਲੋਕੀ ਕੋਈ ਸ਼ਹਿਰ ਖਾਣਾ ਥੋੜੀ ਛੱਡ ਦਿੰਦੇ, ਨਾ ਛੱਡਦੇ। ਸੈਕਿੰਡ ਐਗਜ਼ਾਮਪਲ ਉਹਨੇ ਕਿਹੜੀ ਦਿੱਤੀ ਸੀ? ਸੈਕਿੰਡ ਐਗਜ਼ਾਮਪਲ ਦਿੱਤੀ ਜੇ ਗਾਵਾਂ ਤੇ ਮੱਝਾਂ, ਠੀਕ ਹੈ, ਗਾਵਾਂ ਤੇ ਮੱਝਾਂ ਦੁਲੱਤੇ ਮਾਰਨ, ਦੁਲੱਤੇ ਮਤਲਬ ਲੱਤ ਜਦੋਂ ਮਾਰਦੀਆਂ ਹਨ ਤਾਂ ਜਿਹੜਾ ਦੁੱਧ ਥੋੜੀ ਆਪਾਂ ਚੋਣਾ ਹਟ ਜਾਂਦੇ ਹਾਂ, ਠੀਕ ਹੈ, ਦੁੱਧ ਚੋਣਾ ਥੋੜੀ ਹਟ ਜਾਂਦੇ ਹਾਂ। ਥਰਡ ਹੈ, ਜੇ ਸਾਨੂੰ ਪਿਆਸ ਲੱਗੀ ਹੋਵੇ, ਪਾਣੀ ਨਾ ਮਿਲੇ ਤਾਂ ਆਪਾਂ ਜਵਾਨੀ ਦੀ ਉਮਰ ਵਿੱਚ ਇੰਨਾ ਜੋਸ਼ ਹੁੰਦਾ ਹੈ, ਖੂਹ ਪੁੱਟੋ ਤੇ ਪਾਣੀ ਪੀ ਲਵੋ। ਠੀਕ ਹੈ, ਇਸ ਤਰ੍ਹਾਂ ਲੇਖਕ ਦੀ ਮਾਂ ਨੂੰ ਸਮਝਾਉਂਦੀ ਸੀ ਕਿ ਤੁਹਾਨੂੰ ਡਰਨਾ ਨਹੀਂ ਚਾਹੀਦਾ, ਠੀਕ ਹੈ, ਜੇ ਤੂੰ ਮਿਹਨਤ ਕਰੇਗਾ ਤੇ ਪਰਮਾਤਮਾ ਵੀ ਤੇਰਾ ਸਾਥ ਜ਼ਰੂਰ ਦੇਵੇਗਾ, ਕਿਉਂਕਿ ਮਿਹਨਤ ਕਰਨ ਵਾਲਿਆਂ ਦਾ, ਬੱਚਿਆਂ ਦਾ ਹਮੇਸ਼ਾ ਪਰਮਾਤਮਾ ਜ਼ਰੂਰ ਬੇਟਾ ਸਾਥ ਦਿੰਦਾ ਹੈ। ਇਸ ਲਈ ਸਾਨੂੰ ਡਰਨਾ ਨਹੀਂ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ, ਹਰ ਕੰਮ ਮਿਹਨਤ ਤੇ ਲਗਨ ਦੇ ਨਾਲ ਕਰਨਾ ਚਾਹੀਦਾ ਹੈ। ਕਲੀਅਰ ਹੈ ਬੇਟਾ ਸਾਰੇ ਕੁਸ਼ਚਨ? ਇਸ ਪਾਠ ਵਿੱਚ ਬੇਬੇ ਨੇ ਜਿੰਦਰਾ ਅਤੇ ਕੁੰਜੀਆਂ ਸ਼ਬਦ ਕਿਸ ਲਈ ਵਰਤਿਆ ਹੈ ਅਤੇ ਕਿਉਂ? ਇਹਦਾ ਵਨ ਮਾਰਕਸ ਕੁਸ਼ਚਨ ਕਰਵਾਏ ਵੀ ਹੋਏ ਹੈ, ਕਰਵਾਏ ਹੋਏ ਨਾ, ਉਹਨੇ ਜਿੰਦਰਾ ਕਿਸ ਲਈ ਵਰਤਿਆ ਸੀ ਸ਼ਬਦ ਬੇਟਾ? ਆਰਜ਼ੂ। ਯੈਸ ਆਰਜ਼ੂ ਬੇਟਾ। ਯੈਸ ਮੈਮ, ਇਸ ਪਾਠ ਵਿੱਚ ਬੇਬੇ ਜਿੰਦਰਾ ਸ਼ਬਦ ਆਪਣੇ ਲਈ ਵਰਤਦੀ ਹੈ ਅਤੇ ਕੁੰਜੀਆਂ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ, ਕਿਉਂਕਿ ਬੱਚਿਆਂ ਦੇ ਬੱਚਿਆਂ ਦੇ ਆਉਣ ਨਾਲ ਹੀ ਮਾਂ ਰੂਪੀ ਜਿੰਦਰਾ ਖੁੱਲ ਕੇ ਖੁਸ਼ੀਆਂ ਅਤੇ ਹਾਸੇ ਪ੍ਰਾਪਤ ਕਰਦੀ ਹੈ। ਬਜ਼ੁਰਗਾਂ ਨੂੰ ਵੀ ਘਰ ਦਾ ਜਿੰਦਰਾ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਿਰ ਉੱਤੇ ਘਰ ਦਾ ਕੋਈ ਫਿਕਰ ਨਹੀਂ ਹੁੰਦਾ। ਵੈਰੀ ਗੁੱਡ। ਵੈਸੇ ਵੀ ਬੇਟਾ ਆਪਾਂ ਜਾਨੀ ਅਸੀਂ ਦੇਖਦੇ ਹਾਂ ਕਿ ਆਮ ਜਦੋਂ ਸਾਡੇ ਘਰ ਦੇ ਸਾਡੇ ਬਜ਼ੁਰਗ ਹੈ, ਦਾਦਾ ਦਾਦੀ ਬੈਠੇ ਹੋਏ ਹੈ, ਤਾਂ ਅਸੀਂ ਘਰ ਦੇ ਵਿੱਚ ਲੋਕ ਲਗਾ ਕੇ ਨਹੀਂ ਜਾਂਦੇ, ਅਸੀਂ ਬਿਨਾਂ ਫਿਕਰ ਬਿਨਾਂ ਚਿੰਤਾ ਦੇ ਕਿੰਨੇ ਕਿੰਨੇ ਦਿਨ ਬਾਹਰ ਘੁੰਮਾਂਦੇ ਹਾਂ, ਹੁੰਦਾ ਨਾ, ਵੀ ਸਾਨੂੰ ਡਰ ਨਹੀਂ ਹੁੰਦਾ ਪਿੱਛੋਂ ਵੀ ਸਾਡੇ ਘਰ ਦੇ ਵਿੱਚ ਸਾਡੇ ਵੱਡੇ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਲੋਕ ਲਗਾਉਣ ਦੀ ਲੋੜ
नहीं है, हुंदा ना इस तरह। ठीक है, लेखक ने जिंदरा शब्द किस लिए वरत्या है? जिंदरा शब्द लोग अपने लई ते चाबी अपने बच्चियां लई क्यों वरती है? क्योंकि ठीक है, जिस तरह जिंदरा चाबी दे नाल खुलता है उससे तरह जब तक बच्चे घर नहीं होंगे मां नू जिहड़ी की है खुशी नहीं मिलती, दिल रूपी जिहड़ी खुशी है दिलों खुशी नहीं मिलती। वैसे भी बेटा जदों घर दे विच बुजुर्ग हुंदे है ठीक है, सानू किसी किस्म की कोई चिंता या फिक्र नहीं हुंदी, असी बिना चिंता तो बिना फिक्र तो किते भी जा सकते हैं, घर विच ताला लाने की लोड़ नहीं पैंदी। क्लीयर है बेटा क्वेश्चन है वाला, समझ आ गई बेटा? नेक्स्ट क्वेश्चन, जदों बेबे बापू ना रहे उदो भी आया करोगे, हुण वांग ए शब्द बेटा किसने किस नू ते क्यों कहे सी? जदों बेबे बापू ना रहे ता उदो भी आया करोगे, ए शब्द किसने किस नू कहे ते क्यों? यस आदित्य, यस बेटा आदित्य, ए शब्द, ए शब्द मामे ने लेखक नू कहे। मैम मामी ने कैसी? नहीं बेटा, मैम मामी ने कहा था क्योंकि वो क्या होते मामा के घर गया था। अरे लेखक दे छोटे प्राणे, ठीक है छोटे प्राणे, छोटा प्रा बोलना बेटा। यस मैम, लेखक दे छोटे प्राणे, लेखक दे छोटे प्राणे बेटा, मामे ने लेखक दे छोटे प्राणे के सी पुत्र, लेखक दे छोटे प्राणे के सी। मैम छोटे भाई ने किसको कहे थे फिर? ए शब्द लेखक दे छोटे प्राणे लेखक नु के सी, अपने प्रा नु। लेखक ने छोटे भरा ने यह गल कही, लेखक का छोटा भरा बंदगी नाल अपने मापिया की सेवा करता सी, हर खुशी गमी ते तिरख त्योहार विच उसके घर वो सारा परिवार जा पुछदा ते उत्थे रौनकां खुशियां ते मिलापां का मेला लगता। इस मेले तो जदों विदा होण लगते तो लेखक का छोटा भरा अपने वड्डे भरा ते बाकी रिश्तेदारां नूं पुछिया करता कि जदों बेबे बापू ना रहणगे उदों भी उहनां दे घर आया करनगे ना। शब्द लेखक दे छोटे भरा ने कहे क्योंकि ओ बंदगी विच रह के अपने माता पिता की सेवा करता सी, ते जदों भी कोई त्योहार या मेला हुंदा ता सारे उदेकार आ पुजदे ता खुशियां रौनक ते खुशियां आंदियां घर विच। पर फिर उदे लेखक दे छोटे भरा ने कहा कि जदों बेबे बापू नहीं रहणगे ता भी ओ आया करनगे के नहीं। क्योंकि बेटा क्यों? क्योंकि अजकल दे समय दे विच बेटा किसी कोल टाइम ही नहीं है, ठीक है आम है अजकल दे समय दे कोल किसी कोल टाइम ही नहीं है कि असीं किसी दे घर मिलन जुलन जाइए, ओदे दुख सुख विच ओदे साथी बनीए, ठीक है ओनू कोई दुख तकलीफ दे विच ओदा साथ दईए। इह जिहड़ा की इह सिर्फ जिहड़े पुराने बुजुर्ग ही इह सानू आपस विच जोड़ के रखदे है, जद तक साडे सिर ते बुजुर्ग है वड्डे आ तद तक जिहड़ा की इह प्यार बनिया होया है। पर जदों बुजुर्ग साडे बुजुर्गां दा आसरा जिहड़ा सिर तों चला जांदा है ते मिलना जुलना भी घट हो जांदा है। ठीक है रिपीट करदे हां बेटा क्वेश्चन, इह शब्द किन्ने कहे सी? लेखक दे छोटे भरा ने कहे सी लेखक नूं, लेखक का छोटा भरा बंदगी करने वाला सी अपने माता पिता की सेवा करने वाला सी। जदों भी बेटा घर दे विच कोई जिहड़ा कि इह दिन त्योहार हुंदा सारे लोग लेखक दे छोटे भरा दे घर कट्ठे हुंदे अते अपने माता पिता बजुर्गां नूं मिलदे दुख सुख दीआं गल्लां सांझियां करदे तां उसने कहा कि जरो बेबे बापू नारे फिर भी तुसीं आया करोगे, क्योंकि बेटा अजकल जिहड़ा कि इह समाज दे सिर रस्ते पैसे दे ही रह गए हन, जब तक साडे सिर ते बजुर्गां दा हत्थ है तद तक जिहड़ा कि साडा प्यार बनिया होया है। नेक्स्ट क्वेश्चन,
लेखक नू सुपने विच बेबे की काम करदी नजर आउंदी सी अपने शब्दां विच लिखो बिल्कुल लास्ट विच है सुपने दे विच की काम करदी नजर आउंदी सी लेखक नू यस बेटा रेज योर हैंड यस धरन हां जी बेटा लेखक दे सुपनों विच उसदी बेबे उसनू कदी मिर्चा तोड़दियां फिरदी खेत विच चलदी फिरदी दिखदी कदी कपाह चुकदी कदी ओ उसदे वछारुआं दियां बूथियां पलोस रही हुंदी है ते कदे कदे ओ मज्जां नू थापी दे रही हुंदी है ते फटे पुराने टाकियां वाले खद्दर दे कपड़े पाई ओ मिट्टी कट्टे विच लखपत होई दिखदी है ते ओ कदी झाड़ू मारदी हुई दिखाई दिंदी है ते कदी पाथियां पत्तरी वेरी गुड सेम क्वेश्चन यस वंशिका 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 अनम्यूट योरसेल्फ वंशिका यस मैम यस बेटा रिपीट करोगे ना बेटा ये वाला नहीं आता मैं आप बता दो एक बार ओके ओके लेखक नू सुपने विच उस दी मां बेबे की काम करदी नजर आउंदी सी बिल्कुल लास्ट दे विच है जदों लेखक अपनी बेबे क्योंकि लेखक सी बेटा अपनी बेबे नाल बहुत प्यार करदा सी ते ओदी बेबे भी लेखक नू बहुत ज्यादा प्यार करदी सी ते मतलब उनू अपनी बेबे क्योंकि लेखक दी बेबे बेटा एक सियानी सूझवान औरत सी ते हमेशा कोई ना कोई काम करदी नजर आउंदी सी इसी लेखक नू सुपने दे विच वी ऐसा लगदा सी कि ओदी बेबे खेतां दे विच काम कर रही है मिर्चा तोड़ रही है कपाह चुग रही है ठीक है मज्जां गावां दीआं उहनां दे बच्चिआं दीआं बूथियां पलोस रही भाव कि उहनां नू प्यार कर रही है ते फटे पुराने कपड़िआं टाकियां वाले खद्दर दे कपड़िआं पाई ठीक है उहनें कपड़े की है खद्दर दे कपड़े पाए हुंदे हन ते ओदे कपड़े की है मिट्टी नाल ठीक है लथपथ होए हुंदे हन ते लगदा जिवें लगदा उहनूं झाड़ू मार रही है या पाथियां जिहड़े की है थपदी हुई नजर आउंदी है भाव कि उहनूं अपने सुपने दे विच अपनी मां कोई ना कोई काम करदी नजर आउंदी है ठीक है बस तुसीं अपने दिमाग दे विच इही याद रखना है कि खेतां वाला सीन लैके आना वी पिंडां दे विच ठीक है लोकी किहड़ा किहड़ा काम करदे है क्योंकि इह उस समें दी स्टोरी है जदों घर कच्चे हुंदे सन ते इक पिंड दी स्टोरी है पिंडां विच किहड़े किहड़े काम हुंदे सन ठीक है उह सारा काम नूं उह सुपने दे विच लैके आया ठीक है लेखक नूं उहदी मां बहुत ज्यादा प्यार करदी सी लेखक भी अपनी मां नूं बहुत ज्यादा प्यार करदी सी लेखक दी मां हमेशा किसे ना किसे काम विच रुझी रहिंदी उसनूं इस तरह लगदा कि जिवें उहदी मां खेतां दे विच कपाह चुग रही है मिर्चा तोड़ रही है या होर कोई काम कर रही है गावां मज्जां दे बच्चिआं दीआं बच्चिआं दीआं बूथियां पलोस रही है उहदे कपड़े लथपथ होए हुए हन मिट्टी नाल ठीक है कई वारी इह लगदा कि पाथियां थपड़ी पई है समझ आ गई बेटा क्वेश्चन क्लियर है बेटा यस बेबे नाल बहुत ज्यादा प्यार सी इसलिए बेबे दे मरण तो बाद भी लेखक अपने सुपनों विच अपने बेबे नू मिलदा सी उस दे सुपनों विच बेबे हमेशा काम विच रुझी रहिंदी सी कदे ओह मिर्चां तोड़दी विखाई देंदी कदे कपाह चुगदी कदे वछरू दीआं बूथियां पलोस रही हुंदी या कदे मज्जां ते थापी दे रही हुंदी कदे ओह ਚਾੜੂ ਦਿਸਦੀ ਵੀ ਉਸਨੂੰ ਦਿਖਾਈ ਦਿੰਦੀ ਸੀ ਵੈਰੀ ਗੁੱਡ ਇਹ ਪਹਿਲਾਂ ਆਪਾਂ ਕੀ ਲਿਖਾਂਗੇ ਜਿਹੜਾ ਲੇਖਕ ਦੀ ਬੇਬੇ ਸੀ ਉਹ ਲੇਖਕ ਨੂੰ ਬਹੁਤ ਪਿਆਰ ਕਰਦੀ ਸੀ ਠੀਕ ਹੈ ਉਹ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਰਹਿੰਦੀ ਸੀ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੀ ਰਹਿੰਦੀ ਸੀ ਠੀਕ ਹੈ ਇਸ ਤਰ੍ਹਾਂ ਲੱਗਦਾ ਕਿ ਲੇਖਕ ਦੀ ਬੇਬੇ ਜਿਹੜਾ ਕਦੀ ਮਿਰਚਾਂ ਖੇਤਾਂ ਵਿੱਚੋਂ ਮਿਰਚਾਂ ਤੋੜ ਰਹੀ ਹੈ ਕਦੇ ਲੱਗਦਾ ਕਪਾਹ ਚੁਗ ਰਹੀ ਹੈ ਤੇ ਕਦੇ ਲੱਗਦਾ ਉਹ ਮੱਝਾਂ ਗਾਵਾਂ ਦੇ ਬੱਚਿਆਂ ਨੂੰ ਪਿਆਰ ਕਰ ਰਹੀ ਹੈ ਤੇ ਕਦੇ ਲੱਗਦਾ ਉਹ ਪਾਥੀਆਂ ਥੱਪ ਰਹੀ ਹੈ ਤੇ ਉਹਦੇ ਕੱਪੜੇ ਕੀ ਸੀ ਮਿੱਟੀ ਨਾਲ ਠੀਕ ਹੈ ਉਹਦੇ ਕੱਪੜੇ ਕੀ ਸੀ ਮਿੱਟੀ ਨਾਲ ਭਰੇ ਹੁੰਦੇ ਸਨ ਠੀਕ ਹੈ ਉਹਦੇ ਕੱਪੜੇ ਕੀ ਸੀ ਮਿੱਟੀ ਨਾਲ ਭਰੇ ਹੁੰਦੇ ਸਨ
ਕਿ ਉਹ ਬੜੀ ਹੀ ਸਿਆਣੀ ਤੇ ਸੂਝਵਾਨ ਹੋਣਾ ਸੀ। ਕਲੀਅਰ ਹੈ ਬੇਟਾ ਸਾਰਿਆਂ ਨੂੰ ਕੁਸ਼ਚਨ? ਐਕਸਟਰਾ ਕੁਸ਼ਚਨ ਲਿਖੋ, ਐਕਸਟਰਾ ਕੁਸ਼ਚਨ। ਬੇਬੇ ਜੀ ਵਾਰਤਕ ਲੇਖ ਵਿੱਚ ਬੇਬੇ ਕਿਹੋ ਜਿਹੀ ਔਰਤ ਸੀ? ਐਕਸਟਰਾ ਕੁਸ਼ਚਨ। ਬੇਬੇ ਜੀ ਵਾਰਤਕ ਲੇਖ ਵਿੱਚ ਬੇਬੇ ਕਿਹੋ ਜਿਹੀ ਔਰਤ ਸੀ? ਆਪਣੇ ਸ਼ਬਦਾਂ ਲਿਖੋ, ਆਪਣੇ ਸ਼ਬਦਾਂ ਵਿੱਚ ਲਿਖੋ। ਯੈਸ, ਸੁਣਾ ਬੇਟਾ ਪੂਰਾ ਆਪਾਂ ਵਾਰਤਕ ਲੇਖ ਲਿਖਿਆ ਨਾ? ਯੈਸ, ਰੇਜ਼ ਯੋਰ ਹੈਂਡ। ਬੇਬੇ ਜੀ ਵਾਰਤਕ ਲੇਖ ਵਿੱਚ ਐਕਸਟਰਾ ਕੁਸ਼ਚਨ ਕਰਾ ਰਹੀ ਹੈ ਬੇਟਾ। ਬੇਬੇ ਕਿਹੋ ਜਿਹੀ ਔਰਤ ਸੀ? ਯੈਸ ਅਦਿਤਿਆ। ਹਾਂਜੀ ਬੇਟਾ, ਲੇਖਕ ਦੀ ਬੇਬੇ ਬਹੁਤ ਹੀ ਸਿਆਣੀ ਔਰਤ ਸੀ। ਉਹ ਹਮੇਸ਼ਾ ਕੰਮਾਂ ਵਿੱਚ ਉਲਝੀ ਰਹਿੰਦੀ ਸੀ। ਉਹ 16 ਸਾਲ ਦੀ ਪਿੰਡੋਂ ਵਿਆਹੀ ਕੇ ਲਿਆਈ ਸੀ। ਵਿਆਹੀ ਸੀ। ਉਹ ਬਹੁਤ ਹੀ ਸੋਹਣੀ ਔਰਤ ਸੀ। ਔਰ ਉਹ ਹਮੇਸ਼ਾ ਲੇਖਕ ਨੂੰ ਹੌਸਲਾ ਦਿੰਦੀ ਸੀ। ਮੈਮ, ਲੇਖਕ ਨੂੰ ਹੌਸਲਾ ਦਿੰਦੀ ਸੀ। ਠੀਕ ਹੈ, ਠੀਕ ਹੈ ਬੇਟਾ, ਠੀਕ ਹੈ, ਵੈਰੀ ਗੁਡ, ਵੈਰੀ ਗੁਡ। ਤੇ ਜਦੋਂ ਮੈਮ ਇਤਨਾ ਹੀ ਹੈ। ਦਿਵਿਆਂਸ਼ੀ ਬੇਟਾ, ਵੈਰੀ ਗੁਡ ਬੇਟਾ। ਮੈਮ, ਬੇਬੇ ਬੜੀ ਸੂਝਵਾਨ ਤੇ ਸਿਆਣੀ ਔਰਤ ਸੀਗੀ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀਗੀ। ਉਹ ਹਮੇਸ਼ਾ ਕੋਈ ਨਾ ਕੋਈ ਕੰਮ ਵਿੱਚ ਰੁੱਝੀ ਰਹਿੰਦੀ ਸੀ ਤੇ ਉਹ ਆਪਣੇ ਘਰ ਤੇ ਉਹ ਕਹਿੰਦੀ ਸੀ ਕਿ ਜਦੋਂ ਉਹ ਮਰ ਜਾਵੇਗੀ ਤੇ ਉਸਦੇ ਘਰ ਦੀ ਰਾਜਧਾਨੀ ਟੁੱਟ ਜਾਵੇਗੀ। ਉਹ ਆਪਣੇ ਬੱਚਿਆਂ ਨੂੰ ਔਖੇ ਕੰਮ ਕਰਨ ਲਈ ਵੀ ਪ੍ਰੇਰਣਾ ਦਿੰਦੀ ਸੀ ਤੇ ਉਹ ਬਹੁਤ ਹੀ ਸਿਆਣੀ ਸੀ। ਵੈਰੀ ਗੁਡ, ਵੈਰੀ ਗੁਡ ਬੇਟਾ। ਕਿ ਬੇਬੇ ਜੀ ਵਾਰਤਕ ਲੇਖ ਵਿੱਚ ਬੇਬੇ ਬੜੀ ਸਿਆਣੀ ਤੇ ਸੂਝਵਾਨ ਔਰਤ ਸੀ। ਉਹ ਆਪਣੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੀ ਸੀ, ਉਹਨਾਂ ਨੂੰ ਹੌਸਲਾ ਦਿੰਦੀ ਸੀ। ਜਦੋਂ ਵੀ ਕੋਈ ਔਖਾ ਕੰਮ ਕਰਨਾ ਹੁੰਦਾ ਉਹਨਾਂ ਨੂੰ ਸਮਝਾਉਂਦੀ ਸੀ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ, ਸਾਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਵੀ ਜੋ ਸਾਡਾ ਸਾਥ ਦੇਗਾ। ਇਸ ਤੋਂ ਇਲਾਵਾ ਉਹ ਗਲਤ ਦੇ ਖਿਲਾਫ ਆਵਾਜ਼ ਉਠਾਉਂਦੀ ਸੀ। ਠੀਕ ਹੈ, ਔਰਤ ਦੀ ਹਮਦਰਦ ਸੀ। ਉਹ ਕਿੱਥੋਂ ਪਤਾ ਚੱਲਦਾ ਔਰਤ ਦੀ ਹਮਦਰਦ ਸੀ? ਜਦੋਂ ਕੋਈ ਪਿੰਡ ਦਾ ਨੌਜਵਾਨ ਆਪਣੀ ਜਨਾਨੀ ਨੂੰ ਕੁੜਦਾ ਸੀ, ਔਰਤ ਨੂੰ ਕੁੜਦਾ ਸੀ, ਤਾਂ ਉਹ ਕੀ ਕਹਿੰਦੀ ਸੀ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਆਪਣੀ ਜਨਾਨੀ ਨੂੰ ਨੀ ਕੁੱਟਿਆ, ਇਸ ਤਰ੍ਹਾਂ ਲੱਗਦਾ ਕਿ ਤੁਸੀਂ ਧਰਤੀ ਨੂੰ ਕੁੱਟਿਆ ਹੈ। ਭਾਵ ਕਿ ਉਹਨਾਂ ਦੀ ਰਿਸਪੈਕਟ ਕਰਦੀ ਸੀ, ਔਰਤ ਦੀ ਰਿਸਪੈਕਟ ਕਰਦੀ ਸੀ, ਉਹਨਾਂ ਦਾ ਆਦਰ ਕਰਦੀ ਸੀ। ਇਸ ਤੋਂ ਇਲਾਵਾ ਉਹ ਆਪਣੇ ਭਰਾਵਾਂ ਦੇ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਹਨਾਂ ਨੇ ਆਪਣੇ ਬੱਚੇ ਦੇ ਲਈ, ਠੀਕ ਹੈ, ਉਸਨੇ ਆਪਣੇ ਬੱਚੇ ਲਈ ਆਪਣੀ ਅੱਖਾਂ ਨੂੰ ਦੂਰ ਕਰ ਦਿੱਤਾ ਤਾਂ ਕਿ ਲੇਖਕ ਪੜ੍ਹ ਲਿਖ ਕੇ ਚੰਗਾ ਤੇ ਨੇਕ ਇਨਸਾਨ ਬਣੇ। ਕਲੀਅਰ ਬੇਟਾ ਸਾਰੇ ਕੁਸ਼ਚਨ ਸਾਰਿਆਂ ਨੂੰ? ਅਗਰ ਕਿਸੇ ਵੀ ਕੁਸ਼ਚਨ ਦੇ ਵਿੱਚ ਕੋਈ ਡਾਊਟ ਹੈ ਦੈਨ ਪਲੀਜ਼ ਰੇਜ਼ ਯੂਰ ਹੈਂਡ। ਬੇਬੇ ਕਿਹੋ ਜਿਹੀ ਔਰਤ ਸੀ? ਬੇਬੇ ਬਹੁਤ ਸਿਆਣੀ ਤੇ ਸੂਝਵਾਨ ਔਰਤ ਸੀ। ਉਹ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੀ ਸੀ ਤੇ ਉਹਨਾਂ ਦੇ ਬੱਚੇ ਜਦੋਂ ਕੋਈ ਔਖਾ ਕੰਮ ਕਰਨ ਲੱਗਦੇ ਜਾਂ ਉਹਨਾਂ ਨੂੰ ਡਰ ਲੱਗਦਾ ਤਾਂ ਉਹਨਾਂ ਨੂੰ ਸਮਝਾਉਂਦੀ ਸੀ, ਹੌਸਲਾ ਦਿੰਦੀ ਸੀ ਕਿ ਸਾਨੂੰ ਡਰਨਾ ਨਹੀਂ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ, ਲਗਨ ਨਾਲ ਕੰਮ ਕਰਨਾ ਚਾਹੀਦਾ ਤੇ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਤੇ ਫਿਰ ਕਹਿੰਦੀ ਕਿ ਪਰਮਾਤਮਾ ਵੀ ਤੁਹਾਡਾ ਜ਼ਰੂਰ ਸਾਥ ਦੇਗਾ। ਇਸ ਤੋਂ ਇਲਾਵਾ ਔਰਤ ਦੀ ਹਮਦਰਦ ਵੀ ਸੀ। ਜੇ ਕੋਈ ਪਤੀ ਆਪਣੀ ਪਤਨੀ ਨੂੰ ਪਿੰਡ ਦੇ ਵਿੱਚ ਕੁੱਟਦਾ ਸੀ ਤਾਂ ਉਸਨੂੰ ਜਿਹੜਾ ਕਿ ਬੁਰਾ ਭਲਾ ਕਹਿੰਦੀ ਸੀ ਤੇ ਕਹਿੰਦੀ ਸੀ ਕਿ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਔਰਤ ਨੂੰ ਨੀ ਕੁੱਟਿਆ, ਧਰਤੀ ਨੂੰ ਕੁੱਟਿਆ ਹੈ। ਅਤੇ ਉਹ ਗਾਵਾਂ, ਮੱਝਾਂ, ਜਾਨਵਰਾਂ ਨਾਲ ਵੀ ਬਹੁਤ ਪਿਆਰ ਕਰਦੀ ਸੀ ਤੇ ਇੱਕ ਮਿਹਨਤੀ ਔਰਤ ਸੀ। ਓਕੇ ਬੇਟਾ, ਯੈਸ ਦਿਵਿਆਂਸ਼ੀ, ਦਿਵਿਆਂਸ਼ੀ ਮੈਮ ਉਹ ਜਿੰਦਰਾ ਵਾਲਾ ਕੁਐਸਚਨ ਰਿਪੀਟ ਕਰ ਦੋ। ਓਕੇ ਓਕੇ, ਮੈਂ ਕੁਐਸਚਨ ਬੋਲਦੀ ਹਾਂ, ਇੱਕ ਸੈਕਿੰਡ ਬੇਟਾ। ਲੇਖਕ ਨੇ ਆਪਣੇ ਆਪ ਨੂੰ ਇਸ ਪਾਠ ਵਿੱਚ ਬੇਬੇ ਜਿੰਦਰਾ ਤੇ ਕੁੰਜੀਆ ਸ਼ਬਦ ਕਿਹਨਾਂ ਲਈ ਵਰਤਦੀ ਹੈ ਤੇ ਕਿਉਂ? ਵਨ ਮਾਰਕਸ ਕੁਐਸਚਨ ਕਰਾਏ, ਤੁਸੀਂ ਇਹ ਰੱਖਣਾ ਜਿੰਦਰਾ ਕਿਹਦੇ ਲਈ ਵਰਤਦੀ ਹੈ? ਆਪਣੇ ਲਈ, ਠੀਕ ਹੈ, ਜਿੰਦਰਾ ਕਿਹਦੇ ਲਈ ਵਰਤਦੀ ਹੈ? ਆਪਣੇ ਲਈ। ਤੇ ਕੁੰਜੀਆਂ ਯਾਨੀ ਕਿ ਚਾਬੀ, ਕੁੰਜੀਆਂ ਦਾ ਮੀਨਿੰਗ ਹੁੰਦਾ ਚਾਬੀ, ਠੀਕ ਹੈ, ਕੀ ਉਹ ਕਿਹਦੇ ਲਈ ਵਰਤਦੀ ਹੈ? ਆਪਣੇ ਬੱਚਿਆਂ ਲਈ। ਹੁਣ ਇਹ ਸ਼ਬਦ ਉਹਨੇ ਕਿਉਂ ਵਰਤੇ? ਠੀਕ ਹੈ, ਉਸ ਉਹਨੇ ਕਿਹਾ ਕਿ ਜਿਸ ਤਰ੍ਹਾਂ
ਜਿੰਦਰਾ ਚਾਬੀ ਦੇ ਨਾਲ ਖੁੱਲਦਾ ਹੈ, ਬਿਨਾਂ ਚਾਬੀ ਤੋਂ ਲੋਕ ਨਹੀਂ ਖੁੱਲ ਸਕਦਾ, ਨਹੀਂ ਨਾ ਖੁੱਲਦਾ। ਉਸੇ ਤਰ੍ਹਾਂ ਜਿਹੜਾ ਮਾਂ ਦਾ ਦਿਲ ਹੈ, ਤਦ ਤੱਕ ਮਾਂ ਜਿਹੜਾ ਖੁੱਲ ਕੇ ਜੀ ਨਹੀਂ ਸਕਦੀ, ਖੁੱਲ ਕੁਛ ਨਹੀਂ ਹੋ ਸਕਦੀ ਜਦ ਤੱਕ ਉਸਦੇ ਬੱਚੇ ਉਸਦੇ ਕੋਲ ਨਹੀਂ ਹਨ। ਠੀਕ ਹੈ, ਤਦ ਤੱਕ ਮਾਂ ਜਿਹੜੀ ਖੁੱਲ ਕੇ ਖੁਸ਼ੀ ਮਹਿਸੂਸ ਨਹੀਂ ਕਰ ਸਕਦੀ ਜਦ ਤੱਕ ਉਹਦੇ ਬੱਚੇ ਕੋਲ ਨਹੀਂ ਹਨ। ਤੇ ਵੈਸੇ ਵੀ ਬੇਟਾ ਜਦ ਤੱਕ ਸਾਡੇ ਸਿਰ ਤੇ ਬਜ਼ੁਰਗ ਹੁੰਦੇ ਹਨ, ਬਜ਼ੁਰਗਾਂ ਦਾ ਹੱਥ ਹੁੰਦਾ, ਸਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਹੁੰਦੀ। ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਕਿਹਾ ਕਿ ਆਪਾਂ ਬਿਨਾਂ ਕਿਸੇ ਚਿੰਤਾ ਤੋਂ ਬਿਨਾਂ ਘਰ ਨੂੰ ਜਿੰਦਰਾ ਲਾਏ ਕਿਤੇ ਵੀ ਜਾ ਸਕਦੇ ਹਾਂ। ਠੀਕ ਹੈ ਬੇਟਾ, ਕਲੀਅਰ ਹੈ? ਯੈਸ ਹੈ ਪਰਨ। ਮੈਮ ਇੱਕ ਵਾਰੀ 8th ਕੁਐਸਚਨ ਰਿਪੀਟ ਕਰ ਦੋ। ਕੁਐਸਚਨ ਇੱਕ ਸੈਕਿੰਡ। ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ, ਇਹ ਸ਼ਬਦ ਕਿਸ ਨੇ ਕਿਸ ਨੂੰ ਤੇ ਕਿਉਂ ਕਹੇ? ਇਹ ਸ਼ਬਦ ਬੇਟਾ ਲੇਖਕ ਦੇ ਛੋਟੇ ਭਰਾ ਨੇ ਲੇਖਕ ਨੂੰ ਕਹੇ। ਕਿਉਂ ਕਹੇ? ਕਿਉਂਕਿ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਸੀ, ਸਾਰੇ ਲੋਕ ਲੇਖਕ ਦੇ ਛੋਟੇ ਭਰਾ ਦੇ ਘਰ ਇਕੱਠੇ ਹੁੰਦੇ। ਲੇਖਕ ਦਾ ਛੋਟਾ ਭਰਾ ਬੰਦਗੀ ਕਰਨ ਵਾਲਾ ਸੀ, ਮਾਤਾ ਪਿਤਾ ਦੀ ਸੇਵਾ ਕਰਦਾ ਸੀ, ਤੇ ਜਦੋਂ ਵੀ ਕੋਈ ਦਿਨ ਤਿਉਹਾਰ ਆਉਂਦਾ ਸਾਰੇ ਜਿਹੜੇ ਕੀ ਹੈ ਪਰਿਵਾਰ ਦੇ ਮੈਂਬਰ ਉਹਦੇ ਘਰ ਇਕੱਠੇ ਹੁੰਦੇ ਉਹਦੀ ਮਾਂ ਨੂੰ ਮਿਲਣ ਲਈ। ਤੇ ਉਸਨੇ ਕਿਹਾ ਕਿ ਜਦੋਂ ਬੇਬੇ ਨਾ ਰਹੀ ਫਿਰ ਵੀ ਆਇਆ ਕਰੋਗੀ, ਕਿਉਂਕਿ ਬੇਟਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ ਸਿਰਫ ਰਿਸ਼ਤੇ ਕੀ ਹਨ, ਪੈਸਿਆਂ ਦੇ ਰਹਿ ਗਏ ਹਨ। ਠੀਕ ਹੈ, ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੈ ਕਿਸੇ ਨੂੰ ਮਿਲਣ ਦਾ। ਜਦ ਤੱਕ ਸਾਡੇ ਸਿਰ ਤੇ ਬਜ਼ੁਰਗਾਂ ਦਾ ਹੱਥ ਹੈ, ਜਦ ਤੱਕ ਸਾਡੇ ਸਿਰ ਤੇ ਬਜ਼ੁਰਗ ਹਨ, ਤਦ ਤੱਕ ਅਸੀਂ ਉਹਨਾਂ ਨੂੰ ਮਿਲਣ ਦੇ ਬਹਾਨੇ ਬਾਕੀਆਂ ਨੂੰ ਵੀ ਮਿਲ ਲੈਂਦੇ ਹਾਂ, ਪਰ ਜਦੋਂ ਉਹ ਨਾ ਰਹੇ ਤਾਂ ਅਸੀਂ ਜਿਹੜਾ ਕਿ ਸਾਰੇ ਰਿਸ਼ਤੇ ਨਾਤੇ ਭੁੱਲ ਜਾਂਦੇ ਹਾਂ। ਕਲੀਅਰ ਹੈ ਪਰਨ ਬੇਟਾ? ਓਕੇ, ਸਾਰੇ ਕੁਐਸਚਨ ਕਲੀਅਰ ਹੈ ਬੇਟਾ ਸਾਰਿਆਂ ਨੂੰ? ਅਗਰ ਕਿਸੇ ਵੀ ਕੁਐਸਚਨ ਵੀ ਡਾਊਟ ਹੈ ਦੈਨ ਪਲੀਜ਼ ਰੇਜ਼ ਯੋਰ ਹੈਂਡ।